ਇੱਕ ਮੈਂ ਸਵਾਲ ਕਰ ਸਕਣਾ ਐ ਸੈਯਦ ਮੁਸਲਮਾਨਾਂ ਤੇ, ਬਈ ਅਲੀ ਦੇ ਪੁੱਤਰਾਂ ਤੇ ਤੁਸਾਂ ਮਾਰ ਲਿਆ, ਅਲੀ ਦੀਆਂ ਧੀਆਂ ਦਾ ਕਸੂਰ ਕੀ ਹੈ? ਅਲੀ ਦੀਆਂ ਧੀਆਂ ਦੀ ਔਲਾਦ ਦਾ ਕਸੂਰ ਕੀ ਹੈ? ਹੁਸੈਨ ਨੂੰ ਵੀ ਮਾਰ ਲਏ ਹੋਏ, ਹੁਸੈਨ ਦੀ ਲਾਸ਼ ਤੇ ਘੋੜੇ ਵੀ ਭਜਾ ਲਏ ਹੋਏ, ਫਿਰ ਵੀ ਤਸੱਲੀ ਨਾ ਹੋਈ? ਫਿਰ ਅੱਗ ਲੈ ਕੇ ਅਲੀ ਦੀਆਂ ਧੀਆਂ ਨੇ ਖੈਮਿਆਂ ਸਦੇਜ ਦੇ ਪਹਿਲੇ ਬੰਦੇ ਤੋਂ ਲੈ ਕੇ ਪਿੰਡਾਲ ਦੇ ਆਖਰੀ ਬੰਦੇ ਤੱਕ ਹਰ ਬੰਦਾ ਆਮੀਨ ਆਖੇਗਾ, ਇੱਕ ਦੁਆ ਪਿਆ ਕਰਨਾ। ਸ਼ਰੀਫ ਬੰਦੇ ਹੋ, ਦੁਆ ਕਰੋ, ਮੇਰਾ ਅੱਲਾ, ਮੇਰਾ ਅੱਲਾ, ਉਸ ਘਰ ਲੁੱਟਣ ਕੋਈ ਨਾ ਆਵੇ, ਜਿਸ ਘਰ ਛੁਡਾਵੇਣ ਵਾਲਾ ਕੋਈ ਨਾ ਆਵੇ। ਇੱਥੇ ਤੁਹਾਡੇ ਸ਼ਹਿਰ ਚ ਮੈਂ ਮਜਲਿਸ ਪੜ੍ਹੀ ਆਈ, ਜਦੋਂ ਮੈਂ ਸਤਰ ਆਖੀ, ਇੱਕ ਬੰਦਾ ਰੋਂਦਾ ਉੱਠਿਆ, ਉਸ ਮੈਨੂੰ ਆਖਣ ਲੱਗਾ, ਰਿਆਜ਼ ਸੈਨ ਇੱਕ ਦੁਆ ਹੋਰ ਮੰਗਾ, ਮਨਜ਼ੂਰੀ ਦਾ ਟਾਈਮ ਹੈ, ਹਰ ਅੱਖ ਰੋ ਰਹੀ ਹੈ। ਮੈਂ ਕਿਹੜੀ ਦੁਆ? ਅਖੇ ਦੁਆ ਇਹ ਮੰਗਾ ਕਿ ਮੇਰਾ ਅੱਲਾ, ਉਸ ਘਰ ਨੂੰ ਅੱਗ ਨਾ ਲੱਗੇ, ਜਿਸ ਘਰ ਪਾਣੀ ਕੋਈ ਨਾ ਹੋਵੇ। ਮੈਂ ਕਿਹਾ ਮੇਰਾ ਭਾਈ, ਮੈਂ ਜਿਤਨੀਆਂ ਵੀ ਦੁਆਵਾਂ ਮੰਗਾਵਾਂ, ਲੁੱਟਣ ਆਏ ਨੇ ਤੇ ਛੁਡਾਵੇਣ ਵਾਲਾ ਕੋਈ ਨਾ ਆਈ, ਅੱਗ ਲੱਗੀ ਹੈ ਤੇ ਬੁਝਾਵੇਣ ਵਾਲਾ ਕੋਈ। 80,000 ਦੀ ਫੌਜ, ਅਲੀ ਦੀਆਂ ਬੇਵਾਰਸ ਧੀਆਂ, ਅੱਗੇ ਅੱਗੇ ਸ਼ਿਮਰ, ਉੱਚੀ ਆਵਾਜ਼ ਨਾਲ ਹਰਾਮ ਜ਼ਾਦਾ ਪਿਆਂਦਾ ਹੈ, ਲੁੱਟ ਲਓ, ਇਹਨਾਂ ਦਾ ਰਿਹਾ ਕੋਈ ਨਹੀਂ, ਹੁਣ ਕੋਈ ਡਰ ਨਹੀਂ, ਜਿਵੇਂ ਦਿੱਲੀ ਲੁੱਟੋ। ਕਰੋੜ ਦਰ ਕਰੋੜ ਸਲਾਮ ਜਨਾਬ ਫਿਜ਼ਾ ਤੇਰੇ ਤੇ, ਤੇਰਾ ਹੱਕ ਅਦਾ ਨਿੱਸੇ ਕਰ ਸਕਦੇ। ਰੱਬੇ ਕਾਬਾ ਦੀ ਕਸਮ ਹੈ, 82-92 ਚ ਇੱਕ ਕਾਫਲਾ ਖੁਸ਼ਾਬ ਤੋਂ ਗਿਆ, ਉਸ ਬੱਸ 'ਤੇ 17 ਸੈਯਦਜ਼ਾਦੀਆਂ, ਅਜੇ 3 ਮੀਲ ਫਿਜ਼ਾ ਦੀ ਕਬਰ ਰਹਿੰਦੀ ਆਈ। ਜੇ ਚਲਦੀ ਬੱਸ 'ਚੋਂ ਇੱਕ ਸੈਯਦਜ਼ਾਦੀ ਆਖਿਆ, ਬੇਟਾ ਬੱਸ ਰੋ, ਅੰਮਾ ਕਿੱਥੇ ਜਾਣਾ ਹੈ? ਫਰਮਾਇਆ, ਬੇਟਾ ਤੂੰ ਮੈਨੂੰ ਲਹਾ, ਜਾਣਾ ਕਿੱਥੇ ਕਿ ਮੈਂ ਫਿਜ਼ਾ ਦੀ ਕਬਰ 'ਤੇ ਜਾਣਾ। ਉਸ ਆਖਿਆ, ਅੰਮਾ ਬੈਠੇ ਰਹੋ, ਗਰਮੀ ਬੜੀ ਹੈ ਤੇ ਪੂਰੇ 3 ਮੀਲ ਹੈ। ਸੈਯਦਜ਼ਾਦੀ ਚੀਖ ਮਾਰ ਕੇ ਆਖਿਆ, ਬੇਟਾ ਤਕਰਾਰ ਦੀ ਲੋੜ ਕੋਈ ਨਹੀਂ, ਹੱਕ ਤੇ 9 ਮੀਲ ਬਣਦਾ, ਉਹ ਵੀ ਤੇ ਜ਼ੈਨਬ ਦੇ ਅੱਗੇ 9 ਮੀਲ ਤੁਰ ਕੇ ਗਏ। ਮਰਹਬਾ ਮਰਹਬਾ, ਕਦੀ ਆਵਾਂਗੇ ਤੇਰੀ ਕਬਰ ਤੇ, ਕਦਮਾਂ ਵਾਲੇ ਪਾਸੇ ਖਲੋ ਕੇ, ਹੱਥ ਬੰਨ ਕੇ, ਝੁੱਕ ਕੇ ਤੇਰਾ ਸਲਾਮ ਕਰਕੇ ਤੇਰਾ ਸ਼ੁਕਰੀਆ ਅਦਾ ਕਰਾਂਗੇ। ਦਰਵਾਜ਼ੇ ਤੇ ਆ ਕੇ ਆਉਂਦੀ, ਓ ਸ਼ਿਮਰ, ਮੈਨੂੰ ਕੋਈ ਸਾਰੀ ਦੁਨੀਆ ਦੀ ਦੌਲਤ ਲਿਖ ਦਿੰਦਾ ਨਾ, ਤੇ ਆਂਦਾ ਸ਼ਿਮਰ ਨਾਲ ਇੱਕ ਗੱਲ ਕਰ, ਮੈਂ ਨਹੀਂ ਕਰਨੀ, ਮਗਰ ਵੇਖ ਮੈਂ ਕਿਤਨੀ ਮਜਬੂਰ ਹਾਂ, ਮੈਂ ਤੇਰੇ ਨਾਲ ਬੋਲਣ ਲੱਗ ਪਈ ਹਾਂ, ਅਜੇ ਤੇਰੇ ਹੱਥਾਂ ਤੇ ਹੁਸੈਨ ਦਾ ਖੂਨ ਲੱਗਾ ਹੈ, ਤੇ ਮੈਂ ਹੁਣ ਬੜਾ ਔਖਾ ਪਾ ਲਿਆ ਹੈ, ਅੰਦਰ ਨਾ ਆਵੀਂ, ਅੰਦਰ ਮੁਹੰਮਦ ਦੀਆਂ ਧੀਆਂ ਬੈਠੀਆਂ। ਸ਼ਿਮਰ ਆਖਿਆ, ਮੇਰੀ ਇੱਕ ਸ਼ਰਤ ਹੈ, ਸਾਮਾਨ ਬਾਹਰ ਆ ਜਾਏ, ਮੈਂ ਅੰਦਰ ਨਹੀਂ ਆਉਂਦਾ। ਆਖਣ ਦੀ ਦੇਰ ਆਈ, ਜਨਾਬ ਫਿਜ਼ਾ ਆਖਿਆ, ਬਾਹਰ ਖਲੋ, ਲੁੱਟਦੇ ਰਹੋ, ਅਸੀਂ ਸੜਦੀਆਂ ਰਾਣੀਆਂ। ਜਨਾਬ ਫਿਜ਼ਾ ਦੀ ਆਵਾਜ਼ ਹੀ, ਮਾਈਆਂ ਸਾਮਾਨ ਦਿਓ, ਜਦੋਂ ਸਾਡੇ ਹਡਾਵੇਂ ਨਾਲ ਹੀ ਤੁਰ ਗਏ, ਅਸਾਂ ਸਾਮਾਨ ਰੱਖ ਕੇ ਕਰਨਾ। ਅੱਜ ਸਮਾਨ ਸਟੀਂਦਾ ਰਿਹਾ, ਹਰਾਮਜ਼ਾਦੇ ਲੁੱਟਦੇ ਰਹੇ। ਲੁੱਟਣ ਦੇ ਬਾਅਦ ਫਿਜ਼ਾ ਆਖਿਆ, ਹੁਣ ਤੁਰ ਜਾਓ, ਇਹ ਡਰੀਆਂ ਹੋਈਆਂ। ਸ਼ਿਮਰ ਆਖਿਆ, ਨਹੀਂ, ਸਾਮਾਨ ਥੋੜ੍ਹਾ, ਅਲੀ ਦੀਆਂ ਧੀਆਂ ਛੁਪਾ ਲਿਆ, ਫਾਤੇ ਖੈਬਰ ਦੀਆਂ ਧੀਆਂ ਤੇ ਸਾਮਾਨ ਥੋੜ੍ਹਾ। ਫਿਜ਼ਾ ਆਖਿਆ, ਤੁਸਾਂ ਇਸ ਘਰ ਨੂੰ ਪਹਿਚਾਣਿਆ ਹੀ ਨਹੀਂ, ਇਹਨਾਂ ਜਮਾ ਕਦਨ ਕੀਤਾ, ਇੱਥੇ ਵੰਡ ਛੱਡਦੇ ਆ। ਇੱਕ ਸਿਪਾਹੀ ਔਰਤ ਨੂੰ ਆਉਂਦਾ ਕਿ ਜਾ ਪਤਾ ਕਰਕੇ ਆ, ਕੋਈ ਸ਼ਾਇਦ ਰਹਿਤ ਨਹੀਂ ਗਈ। ਇਹ ਔਰਤ ਖੈਮਿਆਂ 'ਚ ਵਾਪਿਸ ਰੋਂਦੀ ਆਈ, ਸ਼ਿਮਰ ਆਖਿਆ, ਕਹਿ ਮਾਰੇ ਆਈ? ਇਹ ਆਂਦੀ, ਇਹ ਮਾਰਿਆ ਕਿਸੇ ਨਹੀਂ, ਉਹਨਾਂ ਦੀ ਗੁਰਬਤ ਰੋਆ ਹੈ। ਉਹ ਸ਼ਿਮਰ, ਜਾਂ ਕਲਮਾ ਛੱਡ ਦੇ ਤੇ ਜਾਂ ਅੰਦਰ ਨਾ ਜਾ। ਇਸ ਆਖਿਆ, ਤੂੰ ਗੱਲਾਂ ਛੋੜ, ਵੇਖ ਕੇ ਕੀ ਆਈ? ਇਸ ਆਖਿਆ, ਇੱਕ ਬਿਮਾਰ ਹੈ ਜਿਹੜਾ ਨਮਾਜ਼ ਪਿਆ ਪੜ੍ਹਦਾ, ਉਹਦੇ ਥੱਲੇ ਇੱਕ ਮੁਸੱਲਾ, ਇੱਕ 4 ਸਾਲਾਂ ਦੀ ਬੱਚੀ ਹੈ ਜਿਹਦੀਆਂ ਕੰਨਾਂ 'ਚ ਦੁਰ ਨੇ, ਔਰ ਇੱਕ ਰਬਾਬ ਨਾਮੀ ਮਸਤੂਰ ਹੈ ਜਿਹਦੇ ਕੋਲ ਛੋਟੀ ਜਿਹੀ ਗੱਠੜੀ ਹੈ। ਸ਼ਿਮਰ ਦਰਵਾਜ਼ੇ ਤੋਂ ਜਾ ਬੋਲ ਕੇ ਆਉਂਦਾ, ਉਹ ਗੱਠੜੀ ਬਾਹਰ ਦਿਓ, ਨਹੀਂ ਤਾਂ ਮੈਂ ਅੰਦਰ ਆਉਣਾ। ਜਨਾਬ ਜ਼ੈਨਬ ਦੀ ਆਵਾਜ਼ ਆਈ, ਭਰਜਾਈ, ਜਾਂ ਗੱਠੜੀ ਰੱਖ ਲੈ, ਜਾਂ ਮੇਰੀ ਚਾਦਰ ਰੱਖ ਲੈ। ਰਾਵੀ ਲਿਖਦਾ ਹੈ, ਰਬਾਬ 3 ਵਾਰੀ ਸੀਨੇ ਨਾਲ ਲਾਈ, ਚੁੰਮੀ ਤੇ ਚੁੰਮ ਕੇ ਫਰਮਾਇਆ, ਜਾ, ਮੈਂ ਤੇ ਨਿਸ਼ਾਨੀਆਂ ਬਣਾ ਕੇ ਰੱਖੀਆਂ।
ਸ਼ਿਮਰ ਆਂਦਾ ਜਦੋਂ ਮੈਂ ਜਲਦੀ ਨਾਲ ਗੱਡ ਖੋਲੀਏ ਤੇ ਡਿੱਠਾ ਕੀ ਏ ਸੋਨਾ ਚਾਂਦੀ ਨਹੀਂ ਅਸਗਰ ਦੀਆਂ ਰੱਤ ਭਰੀਆਂ ਕਮੀਜ਼ਾਂ ਜਿਹੜੀਆਂ ਮਾਂ ਸਾਹਿਬ ਕਿਆ ਮੁਸਲਮਾਨਾਂ ਨੂੰ ਯਕੀਨ ਆ ਗਿਆ ਕਿਆ ਕਲਮਾ ਪੜਨ ਵਾਲੇ ਵਾਪਸ ਤੁਰ ਗਏ ਕੁਰਾਨ ਰੱਖੋ ਮੇਰੇ ਸਰ ਤੇ ਨੇਜ਼ੇ ਲੈ ਕੇ ਖੈਮਿਆਂ ਚ ਦਾਖਿਲ ਹੋ ਗਏ ਮੈਂ ਹੱਥ ਬੰਨ ਕੇ ਪਿਆ ਨਾ ਪਤਾ ਨਹੀਂ ਮਜਲਿਸ ਚੋ ਸੱਯਦ ਕਿਤਨੇ ਨੇ ਪਰਦੇ ਸੱਯਦਾਂ ਸਭ ਤੋਂ ਔਖੇ ਮਸਾਇਬੀ ਦੋ ਨੇ ਜਾਂ ਸ਼ਾਮੇ ਗਰੀਬਾਂ ਜਾਂ ਦਰਬਾਰ ਇਹਨਾਂ ਨੂੰ ਬੜਾ ਲੁਕ ਛੁਪ ਕੇ ਪੜਨਾ ਪਾਉਂਦਾ ਏ ਸਾਫ ਨਹੀਂ ਪੜ ਸਕਦਾ ਇਸ਼ਾਰੇ ਨਾਲ ਪਰਸਾਂ ਸਮਝਦਿਆ ਵੰਜਿਆ ਏ ਮੁਸਲਮਾਨਾਂ ਦੇ ਹੱਥਾਂ ਚ ਨੇਜ਼ੇ ਨੇ ਅੱਲਾ ਜਾਣੇ ਅਲੀ ਦੀਆਂ ਧੀਆਂ ਨੂੰ ਕੀ ਮਜਬੂਰੀ ਏ ਕਦੀ ਸੱਜੇ ਦੌੜਦੀਆਂ ਵੈਂਦੀਆਂ ਨੇ ਕਦੀ ਖੱਬੇ ਦੌੜਦੀਆਂ ਹਰ ਬੀਬੀ ਦੇ ਮੂੰਹ ਚੋਂ ਪਿਆ ਨਿਕਲਦਾ ਏ ਕੋਈ ਛੁੜਵਾਇਓ ਕੋਈ ਬਜਾਇਓ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਅਲੀ ਦੀਆਂ ਧੀਆਂ ਨੂੰ ਕਿਹੜੀ ਮਜਬੂਰੀ ਏ ਕਦੀ ਸੱਜੇ ਦੌੜਦੀਆਂ ਵੈਂਦੀਆਂ ਨੇ ਕਦੀ ਖੱਬੇ ਦੌੜਦੀ ਹਰ ਬੀਬੀ ਦੇ ਮੂੰਹ ਚੋਂ ਨਿਕਲਦੀ ਏ ਕੋਈ ਛੁੜਵਾਇਓ ਕੋਈ ਬਜਵਾਇਓ ਜੀ ਬਿਸਮਿਲ੍ਲਾ ਲੱਖ ਵਾਰੀ ਆ ਲੱਖ ਵਾਰੀ ਆ ਅਲੀ ਦੀਆਂ ਧੀਆਂ ਕਦੀ ਸੱਜੇ ਦੌੜਦੀਆਂ ਵੈਂਦੀਆਂ ਨੇ ਕਦੀ ਖੱਬੇ ਦੌ ਹਰ ਬੀਬੀ ਪਈਆਂ ਦੀ ਏ ਕੋਈ ਬਚਵਾਇਓ ਕੋਈ ਜੁੜਵਾਇਓ ਨੇਜ਼ੇ ਲੈ ਕੇ ਹਰਾਮਜ਼ਾਦੇ ਪਿੱਛੇ ਦੌੜੇ ਕੋਈ ਇੰਜ ਜ਼ੁਲਮ ਕਰਦੇ ਰਹੇ ਨੇ ਨੇਜ਼ੇ ਲੱਥੇ ਉਸ ਵੇਲੇ ਨੇ ਜਦਣ ਸਰ ਜ਼ਖਮੀ ਹੋ ਗਏ ਚਾਦਰਾਂ ਲਾ ਲਈਆਂ ਕਿਆ ਟੁਰ ਗਏ ਨਹੀਂ ਚਵਾਂ ਪਾਸਿਓ ਖੈਮਿਆਂ ਨਾਲ ਅੱਗ ਚੱਲ ਆਈ ਨਾ ਕੋਈ ਭੁਜਾਵੇਂ ਨਾ ਲੈ ਨਾ ਕੋਈ ਪਾਣੀ ਅੱਲਾ ਏਡਾ ਗਰੀਬ ਵੀ ਕੋਈ ਨਾ ਹੋਵੇ ਅੱਗ ਲੱਗਦੀ ਆਈ ਏ ਸੱਯਦਾਂ ਉਹਦੇ ਦੌੜੀਆਂ ਨੇ ਜਿਹਦੇ ਸੱਜਾਦ ਨਮਾਜ਼ ਪਿਆ ਪੜਦਾ ਮਰਨਾ ਵੈਸੋ ਲਫ਼ ਸਮਝਿਆ ਜਿੱਥੇ ਜਿੱਥੇ ਬੈਠੇ ਬੀਬੀਆਂ ਦੌੜਦੀਆਂ ਆਈਆਂ ਕਿਹਦੇ ਦੌੜੀਆਂ ਨੇ ਜਿਹਦੇ ਮੇਰਾ ਆਕਾ ਨਮਾਜ਼ ਪਿਆ ਬੜ ਹਾਲਤ ਕਿਹੜੀ ਏ ਜਦਣ ਮਸਤੂਰਾਂ ਆਈਆਂ ਨੇ ਸੱਜਾ ਦਾ ਸਜਦੇ ਸਾਰੇ ਮੇਰਾ ਆਕਾ ਪਿਆ ਦਾ ਸੁਭਾਨ ਰੱਬੇ ਯਲ ਅਹਲਾ ਵਾਬੇ ਹਮਦੇ ਜਿਵੇਂ ਤੂੰ ਰਾਜ਼ੀ ਅਸੀਂ ਉਂਜ ਰਾਜ਼ੀ ਜਨਾਬੇ ਜ਼ੈਨਬ ਨੇ ਵੇਖਿਆ ਮਸਤੂਰਾਂ ਖਬਰਾਂ ਆਈਆਂ ਹੋਈਆਂ ਸੱਜਾ ਸਜਦੇ ਚ ਮੇਰੀ ਸੈਣਾ ਦੀ ਮਾਈਆਂ ਉੱਚਾ ਨਾ ਰੋਵਿਆ ਏ ਮੇਰਾ ਨਮਾਜ਼ ਪਿਆ ਪੜਦਾ ਸਦਕੇ ਬਈ ਸਦਕੇ ਬਈ ਮੇਰੀ ਸੈਣਾ ਦੀ ਉੱਚਾ ਵੈਣ ਨਾ ਕਰਿਆ ਏ ਮੇਰਾ ਨਮਾਜ਼ ਪਿਆ ਪੜਦਾ ਹੱਥ ਫੇ ਗਾਇਬੀ ਚੋਂ ਆਵਾਜ਼ ਆਈ ਅੰਤਾ ਸੈਯਦ ਸਾਜਦੀਨ ਸਜਦਾ ਕਰਨੇ ਵਾਲਿਆਂ ਦਾ ਸਰਦਾਰ ਤੂੰ ਐ ਮੈਂ ਰਾਜ਼ੀਆਂ ਸਰ ਜਾ ਜ਼ੈਨਬ ਦੀ ਚਾਦਰ ਲੈ ਗਈ ਬੈਣ ਦਾ ਦਾਜ ਲੁੱਟੀ ਗਈ ਨਮਾਜ਼ ਮੁਕਾ ਘਰ ਨੂੰ ਅੱਗ ਲੱਗ ਗਈ ਨਮਾਜ਼ੀ ਸਰ ਚ ਆਇਆ ਹਰ ਬੰਦਾ ਮਾਤਮ ਕਰੇਗਾ ਇਨਸ਼ਾਅੱਲਾ ਸਤਰ ਹੀ ਐਸੀ ਸੁਣਾਉਣ ਲੱਗਾ ਇਸ਼ਕੇ ਮੋਮਨ ਨੂੰ ਹੁਸੈਨ ਦੇ ਉਜੜੇ ਨਮਾਜ਼ੀ ਸਰ ਜਾ ਘਰ ਨੂੰ ਅੱਗ ਲੱਗ ਗਈ ਮੈਂ ਰਾਜ਼ੀਆਂ ਸਰ ਜਾ ਲੈ ਨਮਾਜ਼ੀ ਸਰ ਚ ਆਇਆ ਪਾਣੀ ਬੰਦ ਹੋਇਆ ਖੂਨ ਸ਼ੁਰੂ ਹੋਇਆ ਮੇਰੀ ਸੈਣਾ ਦੀ ਏ ਰੱਤ ਬਾਅਦ ਚ ਰੋਵੀ ਅੱਗ ਨੇੜੇ ਆ ਗਈ ਮੈਨੂੰ ਦੱਸ ਮੈਂ ਜਲ ਕੇ ਮਰਨਾ ਹੈ ਕਿ ਬਾਹਰ ਜਾਣਾ ਹੈ ਫਰਮਾਇਆ ਬਾਹਰ ਨਿਕਲ ਜਾਓ
ਫਰਮਾਇਆ ਮੱਛਲੀ ਦੀ ਮੌਤ ਪਾਣੀ ਤੋਂ ਬਾਹਰ ਆਉਣਾ, ਤੇਰੀ ਪੁੱਪੀ ਦੀ ਮੌਤ ਖੈਮੇ ਤੋਂ ਬਾਹਰ ਜਾਣਾ। ਸੱਜਾਦ ਮੈਨ ਜਲ ਕੇ ਮਰਨਾ ਸੌਖਾ ਏ, ਨੰਗੇ ਮੂੰਹ ਤੇਰੇ ਪਿਓ ਦੇ ਕਾਤਲ ਦੇ ਸਾਹਮਣੇ ਜਾਣਾ। ਸੱਜਾਦ ਮੈਨ ਜਲ ਕੇ ਮਰ ਜਾਣ ਦੇ, ਤੇਰੇ ਪਿਓ ਦਾ ਕਾਤਲ ਮੇਰੀ ਚਾਦਰ ਲੈ ਕੇ ਲੈ ਗਏ। ਸੱਜਾਦ ਆਂਦੇ ਨੇ ਪੁੱਪੀ ਮੈਂ ਇਮਾਮ ਆ, ਹੱਥ ਨਾ ਬਣੋ ਬਈ, ਹੱਥ ਨਾ ਬਣੋ ਯਾਰ, ਨੰਗੇ ਮੂੰਹ ਕਿਵੇਂ ਨਿਕਲਾਂ, ਤੇਰੇ ਪਿਓ ਦਾ ਗਾਦਲ ਮੇਰੀ ਜਾਦਰ ਲਗ ਲੈ। ਸੱਜਾਦਾਂ ਦਿਨ ਪੁੱਫੀ ਮੈਂ ਇਮਾਮ ਆ, ਸ਼ਰੀਅਤਾਂ ਦੀ ਜਦਨ ਇਹੋ ਜਿਹਾ ਮਾਹੌਲ ਬਣ ਜਾਏ, ਮਸਤੂਰ ਦੇ ਸਰ ਤੇ ਚਾਦਰ ਵੀ ਨਾ ਹੋਵੇ ਤੇ ਘਰ ਨੂੰ ਅੱਗ ਲੱਗ ਜਾਏ, ਬਾਹਰ ਗਾਇਰ ਮਾਰਮਾ ਦਾ ਮਜਮਾ ਹੋਵੇ, ਸ਼ਰੀਅਤਾਂ ਦੀ ਇਹ ਜਲ ਕੇ ਨਾ ਮਰੇ, ਵਾਲਾਂ ਨਾਲ ਮੂੰਹ ਛੁਪਾ ਕੇ ਨਿਕਲ ਜਾ, ਫੁੱਫੀ ਵਾਲ ਖੋਲਦੀਆਂ ਜਾਓ, ਮੂੰਹ ਛੁਪਾਉਂਦੀਆਂ ਜਾਓ। ਮਰਹਬਾ ਮਰਹਬਾ, ਹੌਸਲਾ 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 ਹੌਸਲਾ, ਬਰਦਾਸ਼ਤ ਤੋਂ ਬਾਹਰ ਜਿਹੜੀ ਮੈਂ ਸਤਰ ਸੁਣਾ। ਸੱਜਾਦਾਂ ਦਿਨ ਫੁੱਫੀ ਮਾਈ ਮਾਮਾ, ਸ਼ਰੀਅਤਾਂ ਦੀ ਏ ਜਦਣ ਇਹੋ ਜਿਹਾ ਮਾਹੌਲ ਬਣ ਜਾਏ, ਜਲ ਕੇ ਨਾ ਮਰੋ, ਵਾਲਾਂ ਨਾਲ ਮੂੰਹ ਛੁਪਾ ਕੇ ਨਿਕਲ ਜਾਓ। ਮੈਂ ਇਮਾਮ ਹੋ ਕੇ ਹੁਕਮ ਦੇਣਾ, ਵਾਲ ਖੋਲਦੀਆਂ ਜਾਓ, ਮੂੰਹ ਛੁਪਾਉਂਦੀਆਂ ਜਾਓ। ਅਜ਼ਾਦਾਰੋਂ ਮਸਤੂਰਾਂ ਵਾਲ ਖੋਲਦੀਆਂ ਆਈਆਂ, ਮੂੰਹ ਛੁਪਾਉਂਦੀਆਂ ਆਈਆਂ। ਜਨਾਬੇ ਜ਼ੈਨਬ ਦੀ ਆਵਾਜ਼ ਆਈ, ਮੂੰਹ ਛੁਪ ਗਿਆ, ਮੇਰਿਆਂ ਵਾਲਾਂ ਦਾ ਪਰਦਾ ਬਣਾ। ਸੱਜਾਦਾਂ ਦਾ ਇੱਕ ਇੱਕ ਆਓ, ਮੈਂ ਵਾਲਾਂ ਦਾ ਪਰਦਾ ਬਣਾਵਾਂ, ਕਰਬਲਾ ਦੀ ਮਿੱਟੀ ਲੈ ਕੇ ਮਾਵਾਂ ਤੇ ਭੈਣਾਂ ਤੇ ਸਾਰੇ ਬਣ। ਗੈਰਤਮੰਦਾਂ ਉਹ ਹਰ ਜ਼ਾਕਰ ਬਣਦਾ ਏ, ਸਕੀਨਾ ਦੇ ਦਾਮਨ ਨੂੰ ਅੱਗ ਲੱਗੀ। ਮੈਂ ਸੈਯਦਾਂ ਮੈਂ ਪੂਰੇ ਮਜਮੇ ਤੇ ਸਵਾਲ ਕਰਨਾ, ਅੱਗ ਸਾਰੀਆਂ ਖੈਮਿਆਂ ਲੱਗੀ, ਬਾਕੀ ਬੀਬੀਆਂ ਦੇ ਦਾਮਨ ਨੂੰ ਅੱਗ ਕਿਉਂ ਨਹੀਂ ਲੱਗੀ, ਸਕੀਨਾ ਦੇ ਦਾਮਨ ਨੂੰ ਅੱਗ ਕਿਉਂ ਲੱਗੀ। ਲਿਆ ਕੁਰਾਨ ਰੱਖ ਮੇਰੇ ਸਰ ਤੇ, ਬੀਬੀਆਂ ਨਿਕਲਦੀਆਂ ਰਹੀਆਂ, ਸਕੀਨਾ ਖਲੋਤੀ ਰਹੀ। ਵੇਖੀ ਮੇਰੇ ਹੱਲ, ਵੇਖੀ ਮੇਰੇ ਹੱਲ, ਵੇਖੀ ਮੇਰੇ ਹੱਲ, ਬੀਬੀਆਂ ਨਿਕਲਦੀਆਂ ਰਹੀਆਂ, ਸਕੀਨਾ ਖਲੋਤੀ ਰਹੀ ਏ। ਅੱਗ ਨੇੜੇ ਆ ਕੇ ਸਕੀਨਾ ਦੇ ਦਾਮਨ ਨੂੰ ਲੱਗ ਗਈ ਏ। ਸੱਜਾਦਾਂ ਦਾ ਭੈਣ ਨਿਕਲ ਜਾਦਾ, ਮੈਨੂੰ ਅੱਗ ਲੱਗ ਗਈ ਆ। ਰੋ ਕੇ ਆਂਦੀ ਏ, ਕਿਵੇਂ ਨਿਕਲਾਂ, ਉਹਨਾਂ ਦੇ ਵਾਲ ਵੱਡੇ ਆ। ਕੋਈ ਗੁਨਾਹ ਨਹੀਂ ਮਾਤਮ ਜਿਨ੍ਹਾਂ ਦੇ ਬਦਲ ਵਿੱਚ ਉਹ ਮੈਂ ਕਿਵੇਂ ਨਿਕਲਾ, ਉਹਨਾਂ ਦੇ ਵਾਲ ਵੱਡੇ।